मेरा स्कूल 3 किलोमीटर दूर है। मैं 2 साल हो गया स्कूल विच पढ़ती हूँ। सर जी इन्हू ना ये जमांदरू ही आई, जमांदरू ही इदा दी ना ही चलिया जाता ना ही तुरै जाता ना ही फिर जाता। ਪੜਾਈ ਦਾ ਫੈਸਲਾ ਇਹਦਾ ਆਪਣਾ ਹੋ। ਹਾਂਜੀ ਹਾਂਜੀ ਕਿਤੇ ਜਿੰਨੀ ਕੋਸ਼ਿਸ਼ ਕਰਾਂ ਮੈਂ ਪੜ ਸਕਾਂਗੇ। ਸੁਨੇਹਾ ਸਾਡੇ ਕੋਲ ਪਿਛਲੇ ਸਾਲ 9th ਕਲਾਸ ਦੇ ਵਿੱਚ ਐਡਮਿਸ਼ਨ ਲਈ ਸੀਗੀ। ਇਸ ਵਕਤ ਤੇ ਲੜਕੀ ਜਿਹੜੀ ਹੈ ਉਹ 10th ਕਲਾਸ ਦੇ ਐਗਜ਼ਾਮ ਦੇ ਰਹੀ ਹੈ। ਰਾਹ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਰਾਹ ਬਹੁਤ ਖਰਾਬ ਹੈ, ਸੜਕਾਂ ਟੁੱਟੀਆਂ ਹੋਈਆਂ ਹਨ। ਸਕੂਲ ਜਿੱਦਾਂ ਹੁਣ ਤਿਆਰ ਉਹ ਕਰ ਦਿੰਦੀ, ਕਰਦੀ ਰਹਿੰਦੀ ਤਿਆਰ, ਅਤੇ ਦੋਵੇਂ ਭੈਣਾਂ ਸਕੂਲ ਇੱਕੋ ਕਲਾਸ 'ਚ ਪੜ੍ਹਦੀਆਂ ਨੇ, ਅਤੇ ਉਹ ਲੈ ਜਾਂਦੀ ਹੈ ਸਕੂਲ। ਹੁਣ ਉਹਦੇ ਪੇਪਰ ਉਹਦੇ ਬਾਬੇ ਸ਼ੀਚਾਂ 'ਤੇ ਹੋਣ ਡਿਆ, ਇਹਦੇ ਹੋਣ ਡਿਆ ਸਕੂਲੇ ਹੀ, ਅਤੇ ਉਹ ਕੁੜੀ ਛੋਟੀ ਆ, ਉਹ 8ਵੀਂ 'ਚ ਹੋਈ ਆ, ਉਹ ਸਕੂਲ ਨਹੀਂ ਜਾਂਦੀ, ਇਹਦੇ ਕਰਕੇ ਅਤੇ ਉਹ ਇਹਨੂੰ ਲੈ ਕੇ ਜਾਂਦੀ ਸਕੂਲੇ। ਪਰਮਾਤਮਾ ਨੇ ਇਹਨੂੰ ਹੈਂਡੀਕੈਪ 'ਤੇ ਚਲੋ ਰੱਖਿਆ, ਲੇਕਿਨ ਪੜ੍ਹਨ ਦੇ ਵਿੱਚ ਲਗਨ ਇਹਦੀ ਬਹੁਤ ਹੈਗੀ ਹੈ, ਹਰ ਤਰ੍ਹਾਂ ਨਾਲ ਕੋਸ਼ਿਸ਼ ਕਰਦੀ ਹੈ। ਤੂੰ ਕੀ ਚਾਹੁੰਦੀ ਹੈ? ਮੈਂ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੀ ਹਾਂ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਪਰਮਾਤਮਾ ਉਹਦਾ ਸੁਪਨਾ ਸਾਕਾਰ ਕਰੇ, ਉਹਦੀ ਮਿਹਨਤ ਨੂੰ ਫਲ ਲੱਗੇ। ਜਿੱਦਾਂ ਉਹ ਸ਼ਰਤਾਂ ਟੁੱਟੀ ਦੀਆਂ ਸੀ, ਮੈਂ ਕਹਿੰਦੀ ਵੀ ਰਹੀ ਕਿ ਕਾਕਾ ਅਜੇ ਮੈਂ ਟੀਚਰਾਂ ਤੇਰੀਆਂ ਨੇ ਕਿਹਾ ਕਿ ਪਾਣੀ ਅਜੇ ਨਾ ਆਇਆ ਕਰ ਸਕੂਲੇ, ਅਤੇ ਇਹ ਕਹਿੰਦੀ ਕਿ ਮੈਂ ਸਕੂਲ ਜਾਣਾ, ਮੈਨੂੰ ਜਿੱਦਾਂ ਮਰਜ਼ੀ ਛੱਡ ਕੇ ਆਓ ਮੈਂ ਜਾਣਾ ਸਕੂਲੇ। ਦਸਵੀਂ ਜਮਾਤ ਦੀ ਵਿਦਿਆਰਥਣ ਸੁਨੇਹਾ ਅਪਾਹਿਜ ਹੋਣ ਦੇ ਬਾਵਜੂਦ ਨਹੀਂ ਮੰਨ ਰਹੀ ਹਾਰ। ਪੜ੍ਹਨ ਲਈ 3 ਕਿਲੋਮੀਟਰ ਦੂਰ ਸਕੂਲ ਜਾਂਦੀ ਹੈ ਵ੍ਹੀਲ ਚੇਅਰ ਤੇ, ਅਤੇ ਸੁਪਨਾ ਹੈ ਬੈਂਕ 'ਚ ਅਫਸਰ ਬਣਨ ਦਾ। ਮੰਜ਼ਿਲ ਤੇ ਉਹੀ ਪਹੁੰਚਦੇ ਹਨ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭਾਂ ਨਾਲ ਕੁਛ ਨਹੀਂ, ਹੌਸਲਿਆਂ ਨਾਲ ਉਡਾਨ ਹੁੰਦੀ ਹੈ। ਮੈਂ ਸ਼ਾਹਪੁਰ ਅਫਗਾਨਾ ਪਿੰਡ ਦੀ ਰਹਿਣ ਵਾਲੀ ਹਾਂ। ਮੇਰਾ ਸਕੂਲ 3 ਕਿਲੋਮੀਟਰ ਦੂਰ ਹੈ। ਮੈਨੂੰ 2 ਸਾਲ ਹੋ ਗਿਆ ਸਕੂਲ ਵਿੱਚ ਪੜ੍ਹਦੀ ਹਾਂ। ਮੇਰੀ ਫੈਮਿਲੀ 'ਚ ਮੰਮਾ, ਡੈਡੀ, ਚਾਚਾ, ਚਾਚੀ ਅਤੇ ਬਾਕੀ ਭੈਣ ਭਰਾ। ਕਿੰਨੇ ਭੈਣ ਭਰਾ ਨੇ? ਅਸੀਂ 4 ਭੈਣਾਂ ਅਤੇ 1 ਭਰਾ ਹੈ। ਵੱਡਾ ਕੌਣ ਹੈ? ਵੱਡੀ ਮੈਂ ਸਭ ਤੋਂ। ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤਰ? ਮੈਂ 10th ਕਲਾਸ 'ਚ ਪੜ੍ਹਨੀ ਹਾਂ। ਮੇਰੇ ਨਾਲ ਮੇਰੀ ਸਿਸਟਰ ਜਾਂਦੇ ਆ। ਉਹ ਕਿੰਨੇ ਪੜਦੇ ਆ? ਉਹ 8th ਕਲਾਸ 'ਚ ਪੜਦੇ ਆ। ਚੱਲ ਜਾਈਦਾ ਬਹੁਤ ਮੁਸ਼ਕਿਲ ਨਾਲ। ਰਾਹ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਰਾਹ ਬਹੁਤ ਖਰਾਬ ਹੈ, ਸੜਕਾਂ ਟੁੱਟੀਆਂ ਹੋਈਆਂ ਹਨ, ਅਤੇ ਇਸ ਕਰਕੇ ਪ੍ਰੋਬਲਮ ਬਹੁਤ ਆਉਂਦੀ ਹੈ। ਨਹੀਂ, ਪਿਆਰ ਮਿਲਦਾ ਉੱਥੇ? ਹਾਂਜੀ, ਬਹੁਤ ਜ਼ਿਆਦਾ। ਟੀਚਰ ਬਸ ਇਹ ਕਹਿੰਦੇ ਆ ਕਿ ਪੜ੍ਹ ਲਓ, ਚੰਗੀ ਤਰ੍ਹਾਂ ਪੜ੍ਹ ਲਿਖ ਕੇ ਅਤੇ ਆਪਣੀ ਜ਼ਿੰਦਗੀ ਬਣਾ ਲਓ। ਤੂੰ ਕੀ ਚਾਹੁੰਦੀ ਹੈ? ਮੈਂ ਵੀ ਇਹੀ ਚਾਹੁੰਦੀ ਹਾਂ। ਮੈਂ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੀ ਹਾਂ। ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕਰ ਰਹੇ ਹੋ? ਉਹਦੇ ਵਾਸਤੇ ਜਿੰਨੀ ਜ਼ਿਆਦਾ ਪੜ੍ਹਾਈ ਹੋਏ ਉੰਨੀ ਜ਼ਿਆਦਾ ਚੰਗੀ। ਬੈਂਕ ਦੀ ਇਸ ਕਰਕੇ ਕਿ ਉਹ ਬੈਠ ਕੇ ਹੁੰਦੀ ਹੈ, ਕੰਪਿਊਟਰ ਚਲਾ ਸਕਦੇ ਹਾਂ ਬੈਠ ਕੇ। ਮੰਮਾ ਪਾਪਾ ਬੋਲਦੇ ਆ ਕਿ ਜਿੰਨਾ ਪੜ੍ਹਿਆ ਜਾਂਦਾ ਉੰਨਾ ਪੜ੍ਹੋ। ਸਰਕਾਰ ਨੂੰ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਬੈਟਰੀ ਸਾਈਕਲ ਮਿਲਣਾ ਚਾਹੀਦਾ ਅਤੇ ਸੜਕ ਦਾ ਹੱਲ ਹੋਣਾ ਚਾਹੀਦਾ ਕੋਈ। ਸਰ ਜੀ ਇਹਨੂੰ ਨਾ ਕਿ ਜਮਾਂਦਰੂ ਹੀ ਆਏ,
ਜਮਾਂਦਰੂ ਹੀ ਇੱਦਾਂ ਦੀ ਇਹਦੇ ਕੋਲ ਨਾ ਹੀ ਚਲਿਆ ਜਾਂਦਾ ਨਾ ਹੀ ਤੁਰਿਆ ਜਾਂਦਾ ਨਾ ਹੀ ਫਿਰਿਆ ਜਾਂਦਾ ਅਤੇ ਸਕੂਲ ਜਾਣ 'ਚ ਬਹੁਤ ਇਹਨੂੰ ਮੁਸ਼ਕਲ ਹੈ। ਸਕੂਲ ਜਾਣ ਦਾ ਫੈਸਲਾ ਕਿਦਾ ਵਾ? ਮੈਂ ਮਤਲਬ ਕਿ ਜਾਣੇ ਆ ਛੱਡਣ। ਨਹੀਂ ਸਕੂਲ ਪੜਾਉਣ ਦਾ ਤੇ ਸਕੂਲ ਜਾਣ ਦਾ ਨਹੀਂ ਪੜਾਉਣਾ, ਪੜਾਉਣਾ ਹੈ ਕਿ ਅਸੀਂ ਇਹਨੂੰ ਜਿੰਨਾ ਪੜੇਗੀ ਅਸੀਂ ਪੜਾਵਾਂਗੇ। ਮੁਸ਼ਕਲਾਂ ਕੀ ਹੈ? ਮੁਸ਼ਕਲ ਇਹੀ ਹੈ ਕਿ ਸੜਕਾਂ ਟੁੱਟੀ ਦੀਆਂ ਨੇ, ਕਿਸੇ ਮੌਕੇ ਛੁੱਟੀਆਂ ਵੀ ਵਿੱਚ ਮੈਡਮ ਕਰਵਾ ਦਿੰਦੀਆਂ ਨੇ ਕਿ ਸੜਕਾਂ ਟੁੱਟੀ ਦੀ, ਪਾਣੀ ਜਦੋਂ ਆ ਜਾਂਦਾ ਤੇ ਨਹੀਂ ਰੱਖਾ ਲਿਆ ਕਿਸੇ ਕੋਲ ਲੰਘਿਆ ਜਾਂਦਾ, ਤੇ ਉਸ ਕਰਕੇ ਫਿਰ ਇਹ ਘਰ ਵੀ ਰਹਿੰਦੀ ਹੈ, ਫਿਰ ਇਹ ਘਰ ਹੀ ਲਿਖਾਈ ਲਿਖੂਈ ਕਰਦੀ ਹੈ। ਅੱਛਾ ਮੈਨੂੰ ਇਹ ਦੱਸੋ ਕਿ ਇਹਦੀ ਰੋਜ਼ ਜਦੋਂ ਸਵੇਰੇ ਸਕੂਲ ਜਾਣਾ ਹੁੰਦਾ ਤੇ ਕੀ ਰੁਟੀਨ ਰਹਿੰਦੀ ਹੈ ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੀ ਇਹਦੀ ਕਿੱਦਾਂ ਤਿਆਰ? ਸਕੂਲ ਜਿੱਦਾਂ ਹੁਣ ਤਿਆਰ ਉਹ ਕਰ ਦਿੰਦੀ, ਕਰਦੀ ਰਹਿੰਦੀ ਤਿਆਰ, ਤੇ ਦੋਵੇਂ ਭੈਣਾਂ ਸਕੂਲ ਇੱਕੋ ਕਲਾਸ 'ਚ ਪੜ੍ਹਦੀਆਂ ਨੇ, ਤੇ ਉਹ ਲੈ ਜਾਂਦੀ ਹੈ ਸਕੂਲ। ਹੁਣ ਇਹ ਪੇਪਰ ਉਹਦੇ ਬਾਬੇ ਸ਼ਿਵ ਚੰਦ ਦੇ ਹੋਣ ਡਿਆ, ਇਹਦੇ ਹੋਣ ਡਿਆ ਸਕੂਲੇ ਹੀ, ਤੇ ਉਹ ਕੁੜੀ ਛੋਟੀ ਆ, ਉਹ 8ਵੀਂ 'ਚ ਹੋਈ ਆ, ਉਹ ਸਕੂਲ ਨਹੀਂ ਜਾਂਦੀ, ਇਹਦੇ ਕਰਕੇ ਉਹ ਇਹਨੂੰ ਲੈ ਕੇ ਜਾਂਦੀ ਸਕੂਲੇ। ਫਿਰ ਉਹ ਵਾਪਸ ਆ ਜਾਂਦੀ ਆ? ਨਹੀਂ ਫਿਰ ਉੱਥੇ ਰਹਿੰਦੀ ਆ ਉਨਾ ਚਿਰ। ਮੈਂ ਮੈਡਮ ਨੂੰ ਕਿਹਾ ਕਿ ਇਹਦੇ ਪੇਪਰ ਜਿੰਨਾ ਚਿਰ ਨਹੀਂ ਹੋਏ ਮੈਂ ਉਹਨੂੰ ਨਹੀਂ ਭੇਜਣਾ ਹਜੇ ਸਕੂਲੇ, ਕਿਉਂਕਿ ਇਹਦੇ ਪੇਪਰ ਹੋ ਜਾਣਗੇ ਫਿਰ ਮੈਂ ਉਹਨੂੰ ਸਕੂਲ ਭੇਜਣਾ ਹੈ ਕੁੜੀ ਨੂੰ। ਔਖਾ ਹੀ ਹੈ ਨਾ? ਬਹੁਤ ਔਖਾ ਹੈ। ਸਾਈਕਲ ਜਿਹੜਾ ਉਹ ਵੀ ਮੈਨੂੰ ਵੇਖਣ 'ਚ ਲੱਗਦਾ ਵਾ ਜਿਵੇਂ ਪੁਰਾਣਾ। ਬਹੁਤ ਚਿਰ ਦਾ ਸਾਈਕਲ ਮਿਲੇਦਾ ਆ। ਹਾਂਜੀ ਕਦੋਂ ਮਿਲਿਆ? ਉਹ ਸਾਈਕਲ ਮਿਲੇ ਦੇ ਹੋਈ ਗਿਆ, ਬਾਵਾ ਚਿਰ ਦਾ ਮਿਲੇ ਦਾ ਸਾਈਕਲ। ਕਦੀ ਕਿਸੇ ਸਰਕਾਰ ਨੇ, ਕਦੀ ਕਿਸੇ ਲੀਡਰ ਨੇ, ਕਦੀ ਕਿਸੇ ਅਧਿਕਾਰੀ ਨੇ ਆ ਕੇ ਇਹ ਕੁੜੀ ਨੂੰ ਹੌਸਲਾ ਅਫਜ਼ਾਈ ਦਿੱਤੀ ਕਦੀ? ਇਹ ਹੈ ਕਿ ਜਿਹੜੇ ਇਹਦੇ ਅਧਿਆਪਕ ਆ ਨਾ ਸਕੂਲ ਦੇ, ਇੱਥੋਂ ਦੇ ਵੇਲੇ ਪਿੰਡ ਵਾਲੇ ਸਕੂਲ 'ਚ ਪੜ੍ਹਦੀ ਸੀ, ਉੱਥੋਂ ਦੇ ਮਾਸਟਰ ਵੀ ਠੀਕ, ਟੀਚਰ ਅੱਗੇ ਉਹ ਵਾਲੇ ਸਕੂਲ ਦੇ ਟੀਚਰ ਵੀ ਠੀਕ ਹੈ, ਅੱਗੇ ਉਹਨਾਂ ਨੇ ਟੀਚਰਾਂ ਨੇ ਰਿਕਸ਼ਾ ਦਵਾਇਆ ਸੀ ਕੁੜੀ ਨੂੰ। ਸਰਕਾਰੀ ਤੌਰ 'ਤੇ ਕੋਈ ਹੋਰ ਅਧਿਕਾਰੀ ਹੈ? ਸਰਕਾਰੀ ਤੌਰ 'ਤੇ ਬਸ ਪੈਨਸ਼ਨ ਆਉਂਦੀ, ਹੋਰ ਕੁਛ ਨਹੀਂ। ਕੀ ਮੰਗ ਕਰਦੇ ਹੋ ਤੁਸੀਂ, ਕੀ ਚਾਹੁੰਦੇ ਹੋ ਤੁਹਾਡੀ ਮੰਗ? ਕੀ ਕਰਨੀ ਆਪਾਂ, ਬਸ ਇਹੀ ਕਹਿੰਦੇ ਹਾਂ ਕਿ ਕੁੜੀ ਮੇਰੀ ਠੀਕ ਠਾਕ ਪੜ੍ਹਨੀ ਚਾਹੀਦੀ ਹੈ, ਅਤੇ ਇਹ ਆ ਕਿ ਕੋਈ ਨੌਕਰੀ ਵਗੈਰਾ ਮਾੜੇ ਮੋਟੇ ਇਹਨੂੰ ਮਿਲ ਜੇ, ਕਿ ਆਪਣਾ ਇਹ ਖਰਚਾ ਪਾਣੀ ਜਾਂ ਕੁਛ ਵੀ ਕਰ ਸਕੇ, ਆਪਣੀ ਦੇਖਭਾਲ ਕਰ ਸਕੇ, ਕਿ ਇਹ ਰੁਲੇ ਨਾ, ਇੰਨਾ ਹੀ ਕਰ ਸਕਦੇ। ਕੁੜੀ ਕਹਿੰਦੀ ਮੈਂ ਪੜ੍ਹਨਾ, ਜਿੰਨਾ ਪੜ੍ਹਨਾ ਮੰਮਾ ਜਿੰਨਾ ਪੜ੍ਹਾਓਗੇ, ਮੈਂ ਕਹਿੰਦੀ ਮੇਰੀ ਆਪਣੀ ਚੋਇਸ ਹੈ, ਮੈਂ ਜਿੰਨਾ ਪੜ੍ਹਾਂਗੀ, ਕਹਿੰਦੀ ਮੈਂ ਪੜ੍ਹਨਾ, ਮੈਂ ਨੌਕਰੀ ਕਰਨੀ ਲੱਗਣਾ, ਕਹਿੰਦੀ ਕੋਈ। ਬੱਚੇ ਦਾ ਹੌਸਲਾ ਕਿੱਦਾਂ ਦਾ? ਕਈ ਵਾਰੀ ਲੱਗਦਾ ਬੱਚਾ ਛੋਟਾ ਜਿਹਾ ਬੱਚਾ ਤੇ ਹੌਸਲਾ ਤੁਹਾਨੂੰ ਦਿੰਦਾ ਜਾਂ ਕਿੱਦਾਂ? ਨਹੀਂ ਇਹ ਬਹੁਤ ਦਲੇਰ ਆ, ਸਾਨੂੰ ਹੌਸਲਾ ਦਿੰਦੀ ਹੈ, ਬਹੁਤ ਦਲੇਰ ਹੈ। ਤੁਸੀਂ ਕਈ ਵੇਲੇ ਕਿਹਾ ਵਾ ਵੀ ਇਦਾਂ ਦੇ ਹਾਲਾਤ ਨੇ ਸਾਡੇ, ਤੂੰ ਨਾ ਜਾ, ਜਾਇਆ ਕਰ ਬਾਹਰ, ਉਹ ਅਜੇ ਗਲੀ ਵਾਲਾ। ਮੈਂ ਮਤਲਬ ਕਿ ਠਾਕਣੀ ਇਹਨੂੰ, ਮੈਂ ਜਿੱਦਾਂ ਉਹ ਸੜਕਾਂ ਟੁੱਟੀ ਦੀਆਂ ਸੀ, ਮੈਂ ਕਹਿੰਦੀ ਵੀ ਰਹੀ ਕਿ ਕਾਕਾ ਅਜੇ ਮੈਂ ਟੀਚਰਾਂ ਤੇਰੀਆਂ ਨੇ ਕਿਹਾ ਕਿ ਪਾਣੀ ਆ ਅਜੇ ਨਾ ਆਇਆ ਕਰ ਸਕੂਲੇ, ਤੇ ਇਹ ਕਹਿੰਦੀ ਕਿ ਮੈਂ ਸਕੂਲ ਜਾਣਾ, ਮੈਨੂੰ ਜਿੱਦਾਂ ਮਰਜ਼ੀ ਛੱਡ ਕੇ ਆਓ ਮੈਂ ਜਾਣਾ ਸਕੂਲੇ। ਫਿਰ ਆਪਾਂ ਇੱਕ ਦੋ ਵਾਰੀ, ਤੇ ਉਹ ਜਦ ਪਾਣੀ ਉਹ ਉੱਥੇ ਰਕਸ਼ੇ 'ਚ ਪੈ ਵਿੱਚ ਪੈ ਵੀ ਗਈ ਜੀ ਇੱਕ ਦੋ ਵਾਰੀ ਪਾਣੀ 'ਚ, ਤੇ ਉਹ ਮੁੰਡੇ ਨੇ ਉਹਨੇ ਇੱਕ ਮੁੰਡੇ ਨੇ ਖਿੱਚ ਕੇ ਉਹਨੂੰ ਪਿੱਛੇ ਰਕਸ਼ਾ ਕੀਤਾ। ਇਹ ਸੱਟ ਕਿੱਦਾਂ ਲੱਗੀ ਲੱਤਾਂ? ਇਹ ਲੱਤਾਂ 'ਤੇ ਇਹਦੇ ਸੱਟ ਲੱਗੀ, ਇਹ ਰੇੜ ਰੇੜ ਕੇ ਨਾ ਜ਼ਖਮ ਸੀ, ਅਤੇ ਇਹਦੇ ਜ਼ਖਮ ਸੁੱਕਦੇ ਨਹੀਂ, ਇਹਦਾ ਹੁਣ ਪੈਰ ਕਟਵਾਏ ਦਾ, ਅਤੇ ਉਹਦੇ ਕਰਕੇ ਥੋੜ੍ਹੇ ਜ਼ਖਮ ਘੱਟ ਆ ਇਹਦੇ, ਇਹਦੇ ਪਹਿਲਾਂ ਐਵਾਂ ਪੈਰ ਕਟਵਾਏ ਦਾ। ਕਿਉਂ ਕਟਵਾਇਆ ਪੈਰ? ਇਹਦਾ ਪੈਰ ਖਰਾਬ ਹੋ ਗਿਆ ਸੀ, ਇਹਦੇ ਉਹ ਕੀਤਾ ਬਟਾਲੇ ਓਪਰੇਸ਼ਨ ਕਰਵਾਇਆ, ਅਤੇ ਉਹਨਾਂ ਨੇ ਉਹ ਪਾਏ ਸਕੰਜੇ ਪਾਏ, ਸਕੰਜੇ ਦੇ ਨਾਲ ਪੈਰ ਖਰਾਬ ਹੋ ਗਿਆ ਇਹਦਾ, ਦੋ ਤਿੰਨ ਦੋ ਓਪਰੇਸ਼ਨ ਹੋਏ ਤੇ ਇਹਦੇ। ਫਰਨੀਚਰ ਦਾ ਕੰਮ ਕਰਨਾ, ਚਾਰ ਮੇਰੀ ਬੇਟੀਆਂ ਹਨ ਅਤੇ ਇੱਕ ਛੋਟਾ ਲੜਕਾ ਹੈ, ਅਤੇ ਘਰ ਦੀ ਮੇਰੀ ਕਿਸੇ ਦੇ ਘਰ ਕੰਮ ਕੁੰਮ ਵੀ ਕਰਦੀ ਹੈ, ਅਤੇ ਮਾੜੇ ਹਾਲਾਤ ਆ। ਇਹ ਮੇਰੀ ਬੱਚੀ ਹੈ, ਸਕੂਲੇ ਜਾਂਦੀ ਹੈ ਹਾਈ ਸਕੂਲੇ, ਅਤੇ ਸੜਕ ਬੜੀ ਖਰਾਬ ਆ, ਅਤੇ ਉਹਦੇ ਕਰਕੇ ਸਕੂਲ ਦੇ ਵਿੱਚ ਇਹ ਗੱਲ ਕੀ ਕਈ ਵੇਲੇ ਜਾਂਦੀ, ਕਈ ਵੇਲੇ ਨਹੀਂ ਵੀ ਜਾਂਦੀ। ਬੇਟੀ ਜਿਹੜੀ ਆ ਤੁਹਾਡੀ, ਇਹਦੀ ਇਹਦੇ ਬਾਰੇ ਦੱਸਿਓ, ਕੌਣ, ਕਿੰਨੀ ਏਜ ਆ ਇਹਦੀ, ਕਿੰਨੀ ਉਮਰ ਆ? ਇਹ 15 ਸਾਲਾਂ ਦੀ ਹੋ ਗਈ ਜੀ। ਹਾਂਜੀ, ਅਤੇ ਇਹਦਾ ਪੈਰ ਵੀ ਅੱਗੇ ਬੜਾ ਖਰਾਬ ਹੈ, ਲੱਤ ਕਟਾਈ ਇਹਦੀ, ਦੋ ਵਾਰ ਦੇ ਓਪਰੇਸ਼ਨ ਕਰ ਹੋ ਚੁੱਕਿਆ ਇਹਦਾ, ਕੁੜੀ ਦਾ ਸਨੇਹਾ ਦਾ। ਕੀ ਸਮੱਸਿਆ ਕੀ ਸੀ? ਉਹ ਸਹਿ ਰੇੜ ਕੇ ਕਿਤੇ ਪੈਰ ਖਰਾਬ ਹੋ ਜਾਂਦਾ, ਕਿਤੇ ਕੁਛ ਹੋ ਜਾਂਦਾ। ਜਨਮ ਤੋਂ ਹੀ ਇੱਦਾਂ? ਨਹੀਂ, ਇਹਦੇ ਪਿੱਛੇ ਨਾ, ਪਹਿਲਾਂ ਪਿੱਛੇ ਨਾ ਪਿੱਟ ਦੇ ਪਿੱਛੇ ਵੀ ਹੋਇਆ ਇਹਦੇ, ਇਹ ਜਨਮ ਤੋਂ ਇੱਦਾਂ ਦਾ, ਬਾਅਦ ਵਿੱਚ ਕਿਤੇ ਕੁਛ ਹੋ ਜਾਂਦਾ, ਕਿਤੇ ਕੁਛ ਹੋ ਜਾਂਦਾ। ਸਮੱਸਿਆ ਕੀ ਹੈ? ਡਾਕਟਰ ਨੂੰ ਪੁੱਛਿਆ ਵੀ ਕੀ ਸਮੱਸਿਆ ਹੋਈ ਹੈ, ਕਿਸ ਤਰ੍ਹਾਂ, ਕਿਉਂ ਇੱਦਾਂ ਹੈਗੀ ਹੈ? ਹਾਂਜੀ, ਡਾਕਟਰਾਂ ਨਾਲ ਗੱਲਬਾਤ ਕੀਤੀ ਵੀ ਕਿਉਂ ਇੱਦਾਂ ਹੈਗੀ ਆ? ਡਾਕਟਰ ਕਈ ਵੇਲੇ ਕਹਿ ਰਹੇ ਸੀ ਕਦੇ ਜਾ ਕੇ ਦਾ ਜੀ, ਜਾਓ ਉੱਥੇ ਵੀ ਪੁੱਛ ਗਿੱਛ ਨਹੀਂ ਹੁੰਦੀ, ਜਾ ਕੇ ਦਾ ਕਿੱਦਾਂ ਕਿਤੇ। ਅੱਛਾ ਮੈਨੂੰ ਇਹ ਦੱਸੋ ਕਿ ਇਹ, ਚਲੋ ਸਿਹਤ ਪੱਖੋਂ ਨਹੀਂ ਠੀਕ ਹੈਗੀ ਸ਼ੁਰੂ ਤੋਂ ਹੀ, ਲੇਕਿਨ ਹਿੰਮਤ ਪੱਖੋਂ ਕਿੱਦਾਂ ਬੱਚਾ ਤੁਹਾਡਾ? ਹਿੰਮਤ ਆਪਣੇ ਨਹੀਂ ਹਾਰਦੀ ਗੱਲ ਜੀ। ਹਾਂਜੀ,
ਉਦਾਂ ਦੇ ਗੱਲ ਕੀ ਜਿੱਦਾਂ ਇਹ ਜਾ ਕੇ ਵੇਲੇ ਬੰਬਾਰ ਜਾਂ ਕਿੱਦਾਂ ਜਾਂ ਪੈਰੀ ਜਾਂ ਕਿੱਦਾਂ ਵੀ ਅਤੇ ਇਹ ਜੇ ਕਹਿੰਦੇ ਜੇ ਤੁਸੀਂ ਜੇ ਦਿਲ ਸੜਦਾ ਤਾਂ ਮੈਂ ਕੀ ਕਰਾਂਗੀ ਹਾਂਜੀ ਦੇ ਥੋੜ੍ਹੀ ਕਿੱਦਾਂ ਸਾਨੂੰ ਕਿਹੜੇ ਰੋਣਦੀ ਸੀ ਜੇ ਕਹਿੰਦੇ ਜੇ ਤੁਹਾਡਾ ਇਹੀ ਹਾਲ ਤਾਂ ਮੈਂ ਕੀ ਕਰਾਂਗੀ ਅਤੇ ਤਾਂ ਵੀ ਕਹਿੰਦੇ ਮੈਂ ਪੜ੍ਹਨਾ ਚਾਹੁੰਦੀ ਹਾਂ ਸਕੂਲੇ ਹਾਂਜੀ ਪੜ੍ਹਾਈ 'ਚ ਕਿੱਦਾਂ ਵਾਰਿਆ ਪੜ੍ਹਾਈ ਠੀਕ ਆ ਜੀ ਪੜ੍ਹਾਈ ਦਾ ਫੈਸਲਾ ਇਹਦਾ ਆਪਣਾ ਹੋਣਾ ਹਾਂਜੀ ਹਾਂਜੀ ਕਹਿੰਦੇ ਜਿੰਨੀ ਕੋਸ਼ਿਸ਼ ਕਰਾਂ ਮੈਂ ਪੜ੍ਹ ਸਕਾਂਗੀ ਹਾਂਜੀ पूरी गल की हिम्मत रखी दी ने हां जी कुड़ी जी छड़ना है जी भैन दी छोटी इस वक्त लड़की जिहड़ी है वह 10th क्लास दे एग्जाम दे रही है ते बड़ी स्ट्रोंग विल पावर वाली बच्ची है परमात्मा ने इनू हैंडीकैप तो चलो रखिया लेकिन पढ़न दे विच लगन इहदी बहुत हैगी हर तरह नाल कोशिश करती है जिस तरह कि मैं इन्हां दी क्लास इंचार्ज भी हाँ और मैथ पढ़ानी हाँ देखीदा कि बच्ची वध तो वध कोशिश करती है जिन्नियां मर्जी हर्डल्स आन हर तरह दी मुश्किलां नूं पार करके ते अपना बेस्ट करन दी कोशिश करती है जिस तरह बेटी कह रही है कि मैं बैंकिंग विच जाना चाहुंदी हां उस बंदे नाल गलबात करदी है जां की कहिंदी किस तरह सो क्वेश्चन करदी है नहीं बच्ची जिथे इथे प्रॉब्लम आंदी है ना वह मतलब पुछदी है रिगार्डिंग ते उहदा इक सुपना है ते कोशिश भी करेगी वो अपना मतलब इस चीज़ नूं पूरा करन लई जिहड़े बंदे सवाल आ साडे तों पुछदी जिथों कितों प्रॉब्लम आ जाए उहनूं सॉर्ट आउट भी करीदा ते अहीं ते इही चाहुंदे हां कि परमात्मा उहदा सुपना साकार करे उहदी मेहनत नूं फल लगे एक बच्ची ने इह गल बड़ी कही हैगी वी जिहड़ा स्कूल दा रस्ता वा उह बहुत ज़्यादा खराब हैगा वा तो बहुत दिक्कत आ रही है की कहना चाहुंदे रस्ता ते देखो काफ़ी समय तो खराब हैगा इस स्कूल दे विच साडे आन वाले जिहड़े बच्चे आ चलो असी तो जिहड़ा स्टाफ है वो अपने अपने साधन ते या होर किसे पासिओं लेकिन बच्चियां बेचारियां को देखो कोई मतलब होर दूसरा अल्टरनेट नहीं है वो बड़िया ही मुश्किलों का सामना करके आते हैं रस्ते देखो कितना सारा पानी इकट्ठा होया होया तो इस कंडीशन दे विच वो अपनी जिहड़ी है साइकिल ते आना वो बहुत मुश्किल है घर का एक जी उहदे नाल बजदा है तो फिर भी बड़िया मुश्किलों का सामना करके तो लड़की आती है की कहना चाहोगे सरकार नूं सरकार नूं इस तरह के बच्चों की जिहड़ी है बाकी ये जिहड़ी रस्ते की समस्या है तो कॉमन जी है मतलब पब्लिक वेलफेयर की गल है और सरकार का फर्ज भी बनता कि इस रस्ते बनाने ताकि सारे बच्चों के लिए जिहड़ा है वह आसान हो जाए और फिर यह जिहड़ी स्पैशल बच्ची हैगी है हैंडीकैप्ड उन्होंने तो होर भी मुश्किल इन मतलब कोई किसी तरह की हैल्प जिस तरह कोई बैटरी वाला रिक्शा वगैरह जिहड़ा जो भी है ट्राईसाइकिल हुंदा वो इनू दे के ते कुछ ना कुछ इहदी मदद की जाए ता कि ये बच्चा जिहड़ा होर पढ़ाई दे प्रति मोटीवेट होए इनू छड्डन कौन वास्ते आउंदा ते फिर किस तरह मैनेज करदे होले इनू छड्डन इहदे घरों कदी इहदी सिस्टर एक ब्रदर वो बच्चे जिहड़े आ वो इनू छड्डन आंदे आ तो फिर पूरा टाइम इत्थे बैठते चुक के मतलब क्लासरूम के बिठा के फिर वो वेट करते हैं फिर पेपर तो बाद चली जाए।